ਪਿਆਰ ਜਦੀ ਮੜ ਦੇ ਕੋਲ ਜਦੀ ਨਹੀਂ ਕਰਨ ਲੱਗੀ ਸੀ ਹੁਣ ਕੀ ਨਾਂ ਰੱਖਿਆ ਸੈਂਡੀ ਦਾ ਬੜੇ ਤਾਂ ਕਾਫੀ ਹੋ ਗਏ ਨਾ ਡਰਦਾ ਡਰਦਾ ਉਤਰ ਗਿਆ ਮੱਟ ਕਿੰਨੀ ਦੂਰ ਜਾ ਕੇ ਖੜ ਗਿਆ ਜੇਕਰ ਉਹ ਦੁੱਲੂ ਵਾਲੀਆਂ ਮੜੀਆਂ 'ਚ ਖੜਾ ਨਾ ਜੰਗਲ ਜਿਹਾ ਇੱਕਣ ਜੰਗਲ ਜਿਹਾ ਚਾਹੀਦਾ ਅੰਬ ਦੇਖ ਆਪਣੇ ਕੋਈ ਨਾ ਦੂਈ ਲਾਉਂਦੀ ਹਾਂ ਮੈਂ ਉਹ ਚੱਕ ਕੇ ਉੱਧਰੋਂ ਮਿਰਚਾਂ ਵੀ ਖਾਸੀਆਂ ਲਾਲ ਹੋ ਗਈਆਂ ਮਿਰਚਾਂ ਵੀ ਖਾਸੀਆਂ ਲਾਲ ਹੋ ਗਈਆਂ ਤੋੜਨੀਆਂ ਪੈਣੀਆਂ ਕੀ ਕਰਾਂ ਹਾਏ ਇਹਨੂੰ ਕੀ ਹੋ ਗਿਆ ਹਨੇਰੀ ਨਾ ਗਿਰ ਗਿਆ ਬਾਲਾ ਭਾਰੀ ਇਹਦਾ ਕੱਲੀ ਨੂੰ ਹਨੇਰੀ ਲੱਗ ਗਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਅੱਜ ਦੇ ਨਿਊ ਬਲੌਗ 'ਚ ਨਵੀਂ ਵੀਡੀਓ 'ਚ ਮਿਰਚਾਂ ਤੋੜ ਲਈਏ ਦੇਖੀ ਮਿਰਚ ਨੂੰ ਕਿਵੇਂ ਜਿਵੇਂ ਸੁੰਡੀ ਜਿਹੀ ਲੱਗ ਗਈ ਹੁੰਦੀ ਹੈ ਸਾਰੀਆਂ ਨੂੰ ਅਚਾਰ 'ਚ ਸਿੱਟ ਦੂੰਗੀ ਹੈ ਨਾ ਆਦੇ ਇੱਥੇ ਇੱਥੇ ਡੰਗ ਵੱਜਿਆ ਹੋਇਆ ਕਿਸੇ ਚੀਜ਼ ਦਾ ਇਹ ਵੀ ਹੋ ਸਕਦਾ ਰਵਿੰਦਰ ਧੁੱਪ ਕਰਕੇ ਦੇਖੋ ਮਿਰਚਾਂ ਬਹੁਤ ਸੋਹਣੀਆਂ ਲੱਗੀਆਂ ਮੈਂ ਚੱਲ ਅਚਾਰ 'ਚ ਸਿੱਟ ਦਿੰਦੀ ਹਾਂ ਥੋੜ੍ਹੀ ਜਿਹੀ ਮਿਰਚਾਂ ਅਚਾਰ 'ਚ ਘੱਟ ਹੈ ਮਿੱਠੇ 'ਚ ਮਿੱਠੇ ਵਾਲੇ ਅਚਾਰ 'ਚ ਦੇਖੀ ਰਵਿੰਦਰ ਜੀ ਤਾਂ ਆਹ ਦਿਖਾਈ ਫਲ ਇਹਨੂੰ ਪਪੀਤੇ ਨੂੰ ਫਲ ਕਿੰਨਾ ਆ ਗਿਆ ਇਹ ਸਭ ਉਹਦੀ ਹੈ ਨਾ ਇਹੋ ਜਿਹੀ ਧੁੱਪ 'ਚ ਨਹੀਂ ਕਿੱਥੇ ਫਲ ਫੁਲ ਖੜਦਾ ਜਦ ਐਨ ਪਾਣੀ ਪ੍ਰੋਪਰਲੀ ਮਿਲਦਾ ਇਹਨੂੰ ਫਿਰ ਫਲ
ਹਾਂ ਕੱਚੇ ਪਪੀਤੇ ਦੀ ਸਬਜ਼ੀ ਬਹੁਤ ਸੋਹਣੀ ਬਣਦੀ ਆ। ਜਿਹੜੀਆਂ ਮਿਰਚਾਂ ਖਰਾਬ ਆ ਸੁੱਕੀਆਂ ਜੀਆਂ ਮੈਂ ਉਰੀ ਸਿੱਟੀ ਜਾਣੀਆਂ। ਹਾਂ ਮੈਂ ਜਾਂਦੀ ਹਾਂ ਭਾਂਡਾ ਹੀ ਲਿਆਉਂਦੀ ਹਾਂ। ਦੇਖ ਪੁੱਤ ਕਿੰਨੀਆਂ ਸੋਹਣੀਆਂ ਮਿਰਚਾਂ ਹੋ ਗਈਆਂ ਹੈਂ। ਮੈਂ ਕਿਹਾ ਚੱਲ ਅਚਾਰ 'ਚ ਪਾ ਦੂੰਗੀ ਮਿੱਠੇ ਅਚਾਰ 'ਚ। ਦੇਖੋ ਜੀ ਇਹ ਆ ਨਜ਼ਾਰਾ, ਕਹਿੰਦੇ ਆ ਵਿੱਚੇ ਫਰੂਟ ਲਾਏ ਹੋਏ ਆ ਅਤੇ ਮੈਂ ਅੱਜ ਤੁਹਾਨੂੰ ਫਰੂਟਾਂ ਦਾ ਬੂਟਾ ਇਕੱਲਾ ਇਕੱਲਾ ਦਿਖਾਉਣਾ ਕਿਉਂਕਿ ਬਹੁਤ ਸ਼ੱਕੀ ਜੇ ਕਮੈਂਟ ਆਉਂਦੇ ਨੇ ਵੀ ਭੈਣ ਗੱਲਾਂ ਹੀ ਕਰਦੀ ਆ ਸਿਰਫ। ਮੈਂ ਇੱਕ ਮਿੰਟ ਲਈ ਮਿਰਚਾਂ ਤੋੜ ਲਾਂ। ਆ ਮਿਰਚਾਂ ਜਿਹੜੀਆਂ ਹੈਗੀਆਂ ਨੇ ਇਹ ਬਹੁਤ ਵਧੀਆ ਚਾਰੂ ਮਿਰਚਾਂ ਲਾਈਆਂ ਹੋਈਆਂ ਹੈ। ਬੂਟਿਆਂ ਨੂੰ ਕਿਤੇ ਨਾ ਕਿਤੇ ਧੁੱਪ ਦਾ ਬਹੁਤ ਅਸਰ ਪੈ ਗਿਆ ਰਵਿੰਦਰ ਜੀ ਤਾਂ। ਇਹ ਇੱਧਰ ਤੀਗੇ ਨਾ ਪੂਰੇ ਛਿਪਦੀ 'ਚ ਤੀਗੇ ਉਹ ਉੱਥੇ ਛਾਵਾਂ ਜ਼ਿਆਦਾ ਹੁੰਦੀ ਹੈ ਬੂਟਿਆਂ ਨੂੰ। ਇੱਥੇ ਇੱਕ ਦੋ ਬੂਟੇ ਤੇਰੇ ਪਾਪਾ ਨੂੰ ਮੈਂ ਛਾਵਾਂ ਵਾਲੇ ਕਿਹਾ ਲਾਉਣ ਨੂੰ ਜਿਹਦਾ ਦੀ ਇੱਧਰ ਨੂੰ ਸਾਰੀ ਛਾਵਾਂ ਆਵੇ। ਆਹ ਦੇਖ ਲਾ ਭਰਿਆ ਪਿਆ ਗੁੱਛੇ ਲੱਗੇ ਹੋਏ ਆ ਮਿਰਚਾਂ ਦੇ। ਮੈਂ ਜਿਹੜੀਆਂ ਪੂਰੀਆਂ ਰੈੱਡ ਹੋ ਗਈਆਂ ਉਹ ਤੋੜੀਆਂ ਨੇ ਮੈਂ ਕਿਹਾ ਵੀ ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ। ਸਾਡੇ ਬਤਾਊਂ ਲੱਗੇ ਹੋਏ ਨੇ, ਆਹ ਬਤਾਊਆਂ ਦੇ ਬੂਟੇ ਲਾਏ ਹੋਏ ਵਿੱਚੇ। ਹੁਣ ਰਵਿੰਦਰ ਇੱਧਰ ਦਿਖਾਈ, ਇਹ ਹੈਗਾ ਆਪਣਾ ਬਦਾਮਾਂ ਦਾ ਬੂਟਾ, ਠੀਕ ਹੈ ਜੀ। ਪਾਰਾ ਬਦਾਮ ਲੱਗੇ ਸੀਗੇ ਉਹ ਥੋੜ੍ਹੇ ਜਿਹੇ ਪੰਜ ਚਾਰ ਕੁ ਝੜ ਗਏ ਸੀ, ਐਤਕੀ ਫਲ ਨਹੀਂ ਆਇਆ, ਐਵੇਂ ਝੂਠ ਬੋਲੀਏ। ਇਹ ਹੈਗਾ ਅਮਰੂਦ, ਅਮਰੂਦ ਨੂੰ ਫਲ ਆਇਆ ਹੋਇਆ ਕਾਫੀ। ਇਹ ਹੈਗੀ ਆ ਆਪਣੀਆਂ ਕੀ ਨਾਸਪਾਤੀਆਂ ਕਹਿੰਦੇ ਆਪਾਂ, ਨਾਸਪਾਤੀਆਂ। ਅਤੇ ਇਹ ਹੈਗਾ ਪਪੀਤਾ, ਠੀਕ ਹੈ। ਇਹ ਮਸੰਮੀ, ਇਹ ਕੜੀ ਪੱਤਾ, ਇਹ ਸੇਬ ਦਾ ਬੂਟਾ, ਠੀਕ ਹੈ ਜੀ। ਆਹ ਫੇਰ ਪਪੀਤਾ, ਅਤੇ ਇਹ ਹੈਗਾ ਸਾਡਾ ਸੰਗਤਰੇ ਦਾ ਬੂਟਾ। ਇਹਨੂੰ ਥੋੜ੍ਹਾ ਜਿਹਾ ਵਾਇਰਸ ਦੀ ਪ੍ਰੋਬਲਮ ਹੈ, ਕਈ ਸਪਰੇਹਾਂ ਜੀਆਂ ਕਰ ਲਈਆਂ ਵੀਰ ਨੂੰ ਪੁੱਛ ਕੇ ਬੂਟਿਆਂ ਵਾਲੇ ਨੂੰ, ਪਤਾ ਨਹੀਂ ਕਿਉਂ ਲੋਟ ਨਹੀਂ ਆ ਰਿਹਾ, ਹੁਣ ਦੇਖਦੇ ਹਾਂ। ਨਹੀਂ ਅਸੀਂ ਇਹਨੂੰ ਪੱਟੇ ਦੇਣਾ ਕਿਉਂਕਿ ਜਿੱਦਣ ਦਾ ਵੀ ਲਾਇਆ ਨਾ ਇਹਦਾ ਵਾਇਰਸ ਲੋਟ ਨਹੀਂ ਆਇਆ ਹੈਗਾ। ਇਹ ਸਾਡਾ ਆੜੂ, ਆੜੂ ਸਾਡਾ ਬਹੁਤ ਬੜਾ ਲੱਗਿਆ ਹੋਇਆ ਸੀਗਾ, ਕਿਲੋਆਂ ਦੇ ਹਿਸਾਬ ਨਾਲ ਮੈਂ ਕਹਿੰਦੀ ਥੈਲਾ ਹੀ ਉਤਰਿਆ, ਲਾਸਟ ਜਿਹੜਾ ਉਹਦਾ ਫਲ ਉਤਰਿਆ, ਫਿਰ ਉਦੋਂ ਬਾਅਦ ਉਹਨੂੰ ਸਿਉਂਕ ਪਾ ਕੇ ਸੁੱਕ ਗਿਆ। ਇਹ ਆੜੂ ਨਵਾਂ ਲਾਇਆ ਸੀ। ਇਹ ਸਾਡੀ ਹੈਗੀ ਚਮੇਲੀ, ਇਹਨੂੰ ਕਟਿੰਗ ਕਰਕੇ ਵਧੀਆ ਡੈਕੋਰੇਸ਼ਨ ਵਾਲਾ ਬੂਟਾ ਬਣਾਵਾਂਗੇ। ਇਹ ਹੈਗਾ ਸਾਡਾ ਆਲੂ ਬੁਖਾਰਿਆਂ ਦਾ ਬੂਟਾ, ਠੀਕ ਹੈ ਜੀ। ਇਹ ਸਾਡਾ ਨਿੰਬੂ, ਇਹ ਨਿੰਬੂ ਹੈਗਾ ਬਾਰਾਂ ਮਾਸਾ, ਠੀਕ ਹੈ ਜੀ। ਵਿੱਚੇ ਫੁੱਲ ਆਇਆ ਹੋਇਆ, ਵਿੱਚੇ ਨਿੰਬੂ ਲੱਗਿਆ ਹੋਇਆ। ਇਹ ਜਿਹੜੇ ਮੈਂ ਅੱਗੇ ਵੀ ਦਿਖਾਏ ਸੀਗੇ, ਇਹ ਸਾਡਾ ਬਰੋਟਾ ਅਤੇ ਇਹ ਸਾਡਾ ਪਿੱਪਲ, ਠੀਕ ਹੈ ਜੀ। ਇਹ ਨਿੰਬੂ ਦਾ ਬੂਟਾ ਫੇਰ ਹੈ। ਇਹ ਹੈ ਸਾਡਾ ਲਾਡਲਾ ਮੈਂਗੋ, ਅੰਬ ਬਹੁਤ ਅੰਬ ਲੱਗੇ ਹੋਏ ਨੇ, 6-7 ਕਿਲੋ ਇਹਦੇ ਅੰਬ ਤਕਰੀਬਨ ਹਨੇਰੀਆਂ ਨਾਲ ਝੜ ਗਏ, ਫਿਰ ਵੀ ਬਹੁਤ ਲੱਗੇ ਹੋਏ ਆ। ਸਾਡੀ ਫੈਮਿਲੀ ਤੋਂ ਮੁੱਕਣੇ ਨਹੀਂ, ਛੋਟੀ ਜਿਹੀ ਫੈਮਿਲੀ ਹੈ ਸਾਡੀ, ਠੀਕ ਹੈ ਜੀ। ਹੁਣ ਇੱਥੇ ਖੜ੍ਹ ਜੀ, ਇੱਥੇ ਖੜ੍ਹ ਜੀ। ਇਹ ਚੀਕੂ, ਚੀਕੂ ਇਹਨੂੰ ਵੀ ਥੋੜ੍ਹੇ ਬਹੁਤੇ ਚੀਕੂ ਲੱਗੇ ਹੋਏ ਆ ਜੇ ਬੂਟਾ ਨੇ ਆਉਣਾ। ਇਹ ਅਨਾਰ ਭਰਿਆ ਪਿਆ ਤਾਂ, ਠੀਕ ਹੈ ਜੀ। ਇਹ ਸਾਡੇ ਕੁੱਲ ਮਿਲਾ ਕੇ ਬੂਟੇ 14-15 ਫਰੂਟ ਬਣਦੇ ਨੇ। ਅਤੇ ਮੈਂ ਪਹਿਲਾਂ ਵੀ ਕਿਹਾ ਸੀ ਵੀ ਅਸੀਂ ਫਰੂਟ ਹੋਰ ਵੀ ਔਡਰ ਕੀਤੇ ਹੋਏ ਹਾਂ, ਅਸੀਂ ਘੱਟੋ ਘੱਟ ਵੀ
9 10 ਫਰੂਟ ਹੋਰ ਆਰਡਰ ਕੀਤੇ ਹੋਏ ਆ, ਉਹ ਹੁਣ ਮੂਰੇ ਸੌਣ ਮਹੀਨੇ ਚ ਲਾਉਣੇ ਆ। ਠੀਕ ਹੈ ਜੀ, ਫਰੂਟਾਂ ਲਈ ਇੰਨੀ ਕੁ ਜਗ੍ਹਾ ਮੁੱਕਦੀ ਨਹੀਂ, ਕਿਉਂਕਿ ਕੁਛ ਬੂਟੇ ਆ ਜਿਹੜੇ ਸਿੱਧੇ ਲੰਘ ਜਾਣੇ ਆ। ਆ ਪਪੀਤਿਆਂ ਦੀ ਤੁਹਾਨੂੰ ਪਤਾ ਵੀ ਏਜ ਵਾਲੀ ਨਹੀਂ ਹੁੰਦੀ, ਇਹਨਾਂ ਨੇ 5-4 ਕੁ ਫਲ ਦੇਣੇ ਆ, ਉਦੋਂ ਬਾਅਦ ਇਹਨਾਂ ਨੂੰ ਆਪੇ ਆਟੋਮੈਟਿਕਲੀ ਉਹ ਸੁੱਕ ਵੀ ਜਾਂਦੇ ਨੇ, ਪੱਟ ਵੀ ਦਿੰਦਾ ਅਗਲਾ, ਹੈ ਨਾ, ਨਵੀਂ ਭਰਤੀ ਕਰ ਦਾਂਗੇ ਵੀ। ਸੋ ਹੀ ਗੱਲਾਂ ਵਿੱਚ ਇੱਥੇ ਸਬਜ਼ੀਆਂ ਲੱਗ ਜਾਂਦੀਆਂ ਨੇ, ਸਬਜ਼ੀਆਂ ਨੂੰ ਵੀ ਜਗ੍ਹਾ ਹੋਰ ਖਰਾਬ ਕਰਨ ਦੀ ਲੋੜ ਨਹੀਂ। ਤਾਂ ਹੀ ਇਹ ਸਰਦਾਰ ਜੀ ਨੇ ਸਿੱਧੀਆਂ ਲਾਈਨਾਂ 'ਚ ਲਾਏ ਆ, ਕਹਿੰਦੇ ਵੀ ਆਹ ਧੁੱਪ ਵਾਲੀ ਜਗ੍ਹਾ 'ਚ ਸਬਜ਼ੀ ਲੱਗ ਜੂਗੀ, ਉੱਧਰ ਵੀ ਇੱਧਰ ਵੀ। ਉੱਥੇ ਦੂਏ ਬੂਟੇ ਅਲੱਗ ਅਲੱਗ ਲਾਵਾਂਗੇ ਜਿਹੜੇ ਔਡਰ ਕੀਤੇ ਹੋਏ ਆ। ਠੀਕ ਹੈ ਜੀ, ਇਹ ਮੇਰੀ ਇੰਨੀ ਕੁ ਬਾਗ ਬਗੀਚੀ ਹੈ। ਰਹੀ ਗੱਲ ਹੋਰ ਤੁਹਾਨੂੰ ਮੈਂ ਦੱਸ ਦਿੰਦੀ ਹਾਂ, ਉਹ ਸਾਡੀਆਂ ਤਾਰਾਂ, ਤਾਰਾਂ ਕਰਕੇ ਸਾਡੇ ਵਿਹੜੇ 'ਚ ਅਸੀਂ ਬੂਟਾ ਨਹੀਂ ਕੋਈ ਵੀ ਲਾ ਸਕਦੇ, ਸਾਡੇ ਵਿਹੜੇ ਦੇ ਵਿਚਾਲੇ ਨੂੰ ਤਾਰਾਂ ਲੰਘਦੀਆਂ। ਠੀਕ ਹੈ ਜੀ, ਬਈ ਸੋਈ ਗੱਲਾਂ ਨੇ। ਚਲੋ ਠੀਕ ਹੈ ਬੇਟਾ, ਚੱਲੀਏ ਆਪਾਂ ਹੁਣ। ਚਲੋ ਠੀਕ ਹੈ ਜੀ, ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅਤੇ ਲਾਈਕ ਕਰਿਆ ਕਰੋ। ਅਤੇ ਵੈਸੇ ਮੇਰਾ ਸੁਭਾਅ ਏ, ਮੈਂ ਬੂਟਿਆਂ ਨੂੰ ਕਹਿੰਦੀ ਹਾਂ ਤਾਂ ਕਹਿੰਦੀ ਰਹੂੰਗੀ, ਕਿਸੇ ਨੂੰ ਚੰਗਾ ਲੱਗੇ ਕਿਸੇ ਨੂੰ ਮਾੜਾ ਲੱਗੇ, ਕਿਸੇ ਇੱਕ ਨੂੰ ਵੀ ਅਸਰ ਹੋ ਗਿਆ ਬਹੁਤ ਬੜਾ ਭਲਾ। ਚਲੋ ਠੀਕ ਹੈ ਜੀ, ਚੰਗੀਆਂ ਗੱਲਾਂ ਦਾ ਬੁਰਾ ਨਾ ਮਨਾਇਆ ਕਰੋ। ਠੀਕ ਹੈ ਜੀ, ਇਹੋ ਜਿਹੀਆਂ ਗੱਲਾਂ ਨੂੰ ਤਾਂ ਪ੍ਰਮੋਟ ਕਰੀਦਾ ਹੁੰਦਾ, ਬਾਕੀ ਮਾੜਾ ਤਾਂ ਹੋਰ ਬਹੁਤ ਕੁਛ ਚੱਲਦਾ, ਉਹਨੂੰ ਨਾ ਦੇਖਿਆ ਕਰੋ। ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।